ਮਾਈ ਪਿੰਡ ਉਹਨਾਂ ਨੇ ਤਾਂ ਖਤਮ ਜੇ ਕਰਤੇ ਹੁਣ ਉਹਦੇ ਵਾਲੇ ਤਾਂ ਜਿਹੜਾ ਉਹਦਾ ਪਿਓ ਸੀ ਰਾਜਨ ਨੇ ਫੜੀ ਸੀ ਜਿਹੜੀ ਕਿੰਨੀ ਉਮਰ ਦੇ ਕਬੂਤਰ ਬੈਠੇ ਆਪਣੇ ਕੋਲ ਹੁਣ 15-20 ਸਾਲਾਂ ਦੇ ਬੈਠੇ ਆ ਕਿੰਨੇ ਹੈਗੇ 30 ਸਾਰੇ ਥੱਲੇ ਵੀ ਹੈ ਦੋ ਵੱਡੇ ਉਹਨੇ ਰਾਜਨ ਦਾ ਨਾਂ ਚਮਕਾਤਾ ਹੁਣ 2 ਮਹੀਨੇ ਹੋ ਗਏ ਲੋਕ ਰਾਜਨ ਰਾਜਨ ਪਿਆ ਕਰਦੇ ਆ ਵੀਡੀਓ ਪਾਈ ਕਿੰਨੇ ਦੇ ਲੈ ਗਿਆ ਚੀਨਾ ਮੁੱਲ 75,000 ਸੀ ਲੈ ਕੇ ਗਿਆ ਘੂਮ ਲੈ ਗਿਆ ਸੀ ਨਾਲ ਸਾਡੀ ਵੀਡੀਓ ਹੈ ਇੱਧਰ ਨੂੰ ਦਾਅਵੇ ਨਾਲ ਕਹਿੰਦੇ ਆ ਸ਼ਹਿਰ ਨਾਲ ਮੇਰੇ ਵੀਰਾਂ ਨੂੰ ਕਬੂਤਰਬਾਜ਼ੀ ਚੱਕੜਾ ਗਰੁੱਪ ਵੱਲੋਂ ਅੱਜ ਪਹੁੰਚਿਆ ਜੀ ਕੋਟ ਬਖਤੂ ਬਠਿੰਡੇ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਉੱਥੋਂ ਦੇ ਇੱਕ ਬਹੁਤ ਹੀ ਮਸ਼ਹੂਰ ਖਿਡਾਰੀ ਸੀ ਬਾਬਾ ਜੀ ਤੇਲੂ ਰਾਮ ਜਿਨ੍ਹਾਂ ਦੇ ਕਬੂਤਰਾਂ ਤੋਂ ਰਾਜਨ ਬਹਿਣੀਵਾਲ ਦਾ ਨਾਮ ਜਿਹੜਾ ਬਹੁਤ ਉੱਚਾ ਗਿਆ ਸੀ ਰਾਜਨ ਬਹਿਣੀਵਾਲ ਨੂੰ ਮੈਨੂੰ ਲੱਗਦਾ ਅੱਜ ਵਰਲਡ ਦੇ ਵਿੱਚ ਬੱਚਾ ਬੱਚੀ ਜਾਣਦਾ ਜੀ ਅਤੇ ਜਿੱਥੋਂ ਉਹਨਾਂ ਦੀ ਕਬੂਤਰਾਂ ਦੀ ਰਾਜਨ ਬਹਿਣੀਵਾਲ ਦੀ ਸ਼ੁਰੂਆਤ ਹੋਈ ਸੀ ਉਹ ਹੋਈ ਸੀ ਬਾਬਾ ਜੀ ਤੇਲੂ ਰਾਮ ਦੇ ਕਬੂਤਰਾਂ ਤੋਂ ਅੱਜ ਮੌਕਾ ਮਿਲਿਆ ਜੀ ਉਹਨਾਂ ਦੇ ਘਰੇ ਜਾਣ ਦਾ ਬਾਬਾ ਜੀ ਤੇਲੂ ਰਾਮ ਜੀ ਦੇ ਕਿਉਂਕਿ ਰਾਜਨ ਕੋਲ ਜਿੰਨੇ ਵੀ ਕਬੂਤਰ ਬਣੇ ਸੀ ਬਾਬਾ ਜੀ ਤੇਲੂ ਰਾਮ ਜੀ ਦੀ ਕਬੂਤਰੀ ਚੱਕੀ ਸੀ ਉਹਨਾਂ ਨੇ ਉੱਥੋਂ ਬਣੀ ਸੀ ਕਾਫ਼ੀ ਦਿਨਾਂ ਤੋਂ ਸੀਗਾ ਕਿ ਜਦੋਂ ਵੀ ਆਪਾਂ ਬਠਿੰਡੇ ਜਾਂ ਮਾਨਸੇ ਗਏ ਤਾਂ ਉਹਨਾਂ ਦੇ ਘਰ ਜ਼ਰੂਰ ਹੋ ਕੇ ਆਵਾਂਗੇ ਅੱਜ ਮੌਕਾ ਮਿਲਿਆ ਬਾਈ ਮੱਲ ਦੀ ਬਦੌਲਤ ਕਿਉਂਕਿ ਬਾਈ ਮੱਲ ਨੇ ਕੁਛ ਦਿਨ ਪਹਿਲਾਂ ਵੀਡੀਓ ਪਾਈ ਸੀ ਸੋ ਅਸੀਂ ਆਪਦੇ ਯੂਟਿਊਬ ਜੋ ਚੈਨਲ ਆ ਸਾਡਾ ਕਬੂਤਰਬਾਜ਼ੀ ਚੱਕੜਾ ਗਰੁੱਪ ਉਹਦੇ 'ਤੇ ਉਹ ਅਪਲੋਡ ਵੀ ਕੀਤੀ ਸੋ ਮਿਲਾਉਂਦੇ ਹਾਂ ਜੀ ਆਪਾਂ ਉਹਨਾਂ ਦੀ ਪਹਿਲਾਂ ਫੈਮਿਲੀ ਦੇ ਨਾਲ ਫਿਰ ਤੁਹਾਨੂੰ ਦਿਖਾਵਾਂਗੇ ਕਬੂਤਰ ਸੋ ਉਹਨਾਂ ਦੇ ਇਹ ਬੇਟੇ ਆ ਜੀ ਉਹਨਾਂ ਦੇ ਹੈ ਪੋਤਰੇ ਕੁਛ ਉਹਨਾਂ ਦੇ ਪਿੱਛੋਂ ਰਿਸ਼ਤੇਦਾਰ ਨੇ ਅਤੇ ਗੱਲਬਾਤ ਕਰਦੇ ਜੀ ਆਪਾਂ ਇਹਨਾਂ ਦੇ ਨਾਲ ਕੁਛ ਕਬੂਤਰਬਾਜ਼ੀ ਦੀਆਂ ਪੁਰਾਣੀਆਂ ਯਾਦਾਂ ਜੋ ਬਾਬਾ ਜੀ ਕਬੂਤਰ ਚੜ੍ਹਦੇ ਹੁੰਦੇ ਸੀ ਇਹ ਵੀ ਨਾਲ ਜਾਂਦੇ ਸੀ ਬਾਜ਼ੀਆਂ ਦੇ ਵਿੱਚ ਜੀ ਅਸੀਂ ਜੀ ਇੱਥੇ ਗੁਰੂ ਸਰ ਗਏ ਬਾਜ਼ੀ 'ਤੇ ਜੀ ਉੱਥੇ ਭੂੰਡਾ ਡੀ ਸੀ ਦਾ ਮੋਰ ਦਾ ਕਬੂਤਰ ਸੀਗੇ 30-35 ਛੱਡੇ ਸੀ ਤਾਂ ਪਹਿਲਾਂ ਆਪਾਂ ਤੁਹਾਨੂੰ ਪੁੱਛਦੇ ਹਾਂ ਜੀ ਜਿਹੜਾ ਬਾਬਾ ਜੀ ਤੇਲੂ ਰਾਮ ਸੀ ਮਤਲਬ ਉਹਨਾਂ ਨੇ ਕਬੂਤਰ ਕਿੱਥੋਂ ਲੈ ਕੇ ਆਉਂਦੇ ਸੀ ਸ਼ੁਰੂਆਤ ਆਪਾਂ ਇੱਥੋਂ ਸਟਾਰਟ ਕਰਦੇ ਹਾਂ ਵੀ ਜਿਹੜੇ ਬਾਬੇ ਤੇਲੂ ਰਾਮ ਨੇ ਕਬੂਤਰ ਕਿੱਥੋਂ ਲੈ ਕੇ ਆਉਂਦੇ ਸੀ ਤੇਲੂ ਰਾਮ ਨੇ ਕਬੂਤਰ ਲੈ ਕੇ ਆਉਂਦੇ ਸੀ ਜੀ ਮਾਹੀ ਲੰਗਰ ਤੋਂ ਕਬੂਤਰ ਲਿਆਂਦਾ ਸੀਗਾ ਜੀ ਜਵਾਕਾਂ ਤੋਂ ਥੋੜ੍ਹਾ ਜਿਹਾ ਉੱਚੀ ਬੋਲੋ ਇੱਕ ਮਾਹੀ ਲੰਗਰ ਤੋਂ ਕਬੂਤਰ ਲਿਆਂਦਾ ਸੀ ਜੀ ਅਤੇ ਉਹ ਕਬੂਤਰ ਦੇ ਬੱਚੇ ਕਢਾਏ ਜੀ ਕਬੂਤਰੀ ਲਿਆਂਦੀ ਸੀ ਜੰਟੇ ਤੋਂ ਜੰਟਾ ਆਲਮਾਣੇ ਭਿੰਦਰ ਤੋਂ ਲਿਆਂਦੀ ਸੀਗੀ ਉਹਦੇ ਨਾਲ ਜੰਟੇ ਦੇ ਠੀਕ ਹੈ ਜੀ ਉੱਥੋਂ ਫਿਰ ਇਹ ਸਟਾਰਟ ਹੋਈ ਕਬੂਤਰ ਜੀ ਮਤਲਬ ਕਬੂਤਰ ਮਾਹੀ ਨੰਗਲ ਤੋਂ ਤੇ ਕਬੂਤਰੀ ਜੰਟੇ ਆਲਮਾਲੇ ਤੋਂ ਲੈ ਕੇ ਆਉਂਦੇ ਸੀ ਕਿਹੜੀਆਂ ਅੱਖਾਂ ਦੀ ਉਹ ਕਬੂਤਰੀ ਖੱਟੀਆਂ ਦੀ ਕਬੂਤਰੀ ਸੀ ਤੇ ਕਬੂਤਰ ਸੀ ਖੱਟੀਆਂ ਅੱਖਾਂ ਦਾ ਪੂਰੀ ਨੋਕਦਾ ਕਬੂਤਰ ਪੂਰੀ ਨੋਕਦਾ ਸੀ ਤੇ ਕਬੂਤਰੀ ਸੀ ਚਿੱਟੀ ਨੋਕਦੀ ਠੀਕ ਹੈ ਉਦੋਂ ਤੁਹਾਡੀ ਕਿੰਨੀ ਉਮਰ ਸੀ ਮੇਰੀ ਉਮਰ ਜੀ ਹੋਊਗੀ ਉਦੋਂ 35 ਸਾਲਾਂ ਦੀ 35 ਸਾਲ ਦੀ ਸੀ ਉਦੋਂ ਮਤਲਬ ਲਿਆ ਕੇ ਤੁਸੀਂ ਜਦੋਂ ਘਰੇ ਬਾਬਾ ਜੀ ਨੇ ਕਬੂਤਰ ਰੱਖ ਲਏ ਫਿਰ ਉਦੋਂ ਹੀ ਬਾਜ਼ੀਆਂ ਛੱਡਣ ਲੱਗ ਗਏ ਸੀ ਉਹ ਪਹਿਲਾਂ ਹੀ ਬਾਜ਼ੀਆਂ ਛੱਡਦੇ ਪਹਿਲਾਂ ਹੀ ਛੱਡਦੇ ਸੀ ਹੋਰ ਸੀ ਕਬੂਤਰ ਪਹਿਲਾਂ ਠੀਕ ਹੈ ਜੀ ਉਹ ਫਿਰ ਖੁੱਡੇ ਚੰਗੇ ਨਹੀਂ ਬਣਾਏ ਹੋਏ ਸੀ ਜੀ ਗਰੀਬੀ ਦਾ ਕੋਈ ਐਸਾ ਹੀ ਚੱਕਰ ਹੁੰਦਾ ਜੀ ਅਤੇ ਉਹ ਬਿੱਲੀ ਮਾਰ ਜਾਂਦੀ ਉਹਦੇ ਕੋਲ ਜੀ ਉਦੋਂ ਬਾਅਦ ਫਿਰ ਅਸੀਂ ਭੱਠੇ ਭੁੱਠੇ ਤੋਂ ਜਦੋਂ ਆਉਂਦੇ ਫਿਰ ਉਹਨੂੰ ਖੁੱਡੇ ਬਣਾ ਕੇ ਦਿੱਤੇ ਕਬੂਤਰਾਂ ਦੇ ਵੀ ਹੁਣ ਬਿੱਲੀ ਨਹੀਂ ਮਾਰ ਸਕਦੀ ਅਤੇ ਉਹ ਘੋਲ ਕਰ ਜਾਂਦਾ ਸੀ ਥੋੜ੍ਹੀ ਜਿਹੀ ਕਿਉਂ ਆਥਣੇ ਪੀ ਪੂ ਲੈਂਦਾ
ਤੇ ਉਸੇ ਅੰਦਰ ਪੈਂਦਾ ਸੀ ਤੇ ਉਸੇ ਅੰਦਰ ਕਬੂਤਰ ਸੀ ਉਹਦੇ ਕੋਲ ਵਿੱਚ ਰੱਖਦਾ ਸੀ ਜੀ ਉਹ ਤੇ ਉਦੋਂ ਮੁੜ ਕੇ ਫਿਰ ਖੁੱਡੇ ਵਧੀਆ ਬਣਾ ਤੇ ਫਿਰ ਉਹ ਜਦੋਂ ਜਮ੍ਹਾਂ ਡਾਊਨ ਹੋ ਗਿਆ ਵੀ ਹੁਣ ਮੈਥੋਂ ਦਾਣੇ ਤਾਂ ਪੈਂਦੇ ਨਹੀਂ ਅਸੀਂ ਤਿੰਨ ਭਾਈ ਹਾਂ ਜੀ ਮੈਂ ਸਾਰਿਆਂ ਤੋਂ ਵੱਡਾ ਮੈਂ ਆਖਿਆ ਵੀ ਭਰਾਵੋ ਜਿਹਨੇ ਰੱਖਣੇ ਆ ਕਬੂਤਰ ਰੱਖ ਸਕਦੇ ਹੋ ਦਾਣਾ ਪਾਣੀ ਪਾਓ ਇਹਨਾਂ ਨੂੰ ਇਹਦੋਂ ਹੁਣ ਪੈਂਦਾ ਨਹੀਂ ਉਹ ਕਹਿਣ ਲੱਗੇ ਵੀ ਅਸੀਂ ਤਾਂ ਬਈ ਇਹੋ ਜਿਹੇ ਪੰਗੇ 'ਚ ਵੜਦੇ ਹੀ ਨਹੀਂ ਮੈਂ ਆਖਿਆ ਫਿਰ ਬਾਪੂ ਮੈਂ ਆਪਦੇ ਜਿਹੜਾ ਮੈਨੂੰ ਸਾਂਭਦਾ ਮੈਂ ਉਹਦੇ ਵਿੱਚ ਖੁੱਡੇ ਪਾਉਣਾ ਕੱਲ੍ਹ ਨੂੰ ਇਹਨਾਂ ਦੇ ਰਿਸ਼ਤੇਦਾਰ ਆ ਕੇ ਆਖਣ ਵੀ ਆਹ ਸਾਡੇ ਰਿਸ਼ਤੇਦਾਰ ਆਇਆ ਅਤੇ ਇਹਨੂੰ ਦੋ ਕਬੂਤਰ ਦੇ ਦੇ ਮੈਂ ਬੈਠਣੀ ਚਾ ਕੇ ਦੇਣੀ ਇਹਨਾਂ ਦੀ ਸੇਵਾ ਮੈਂ ਕਰੂੰਗਾ ਉਹਦੇ ਬਾਅਦ ਮੇਰੇ ਮੁੰਡੇ ਹੋ ਗਏ ਅਤੇ ਕੁਛ ਪਿੰਡ ਦੇ ਜਵਾਕ ਆ ਜਾ ਕਰਨ ਮੇਰੇ ਕੋਲ ਅਸੀਂ ਇਕੱਠੇ ਰਲ ਮਿਲ ਕੇ ਡਾਲਿਆ ਕਰੀਏ ਜੀ ਮਤਲਬ ਸ਼ੁਰੂਆਤ ਉੱਥੋਂ ਹੋ ਗਈ ਫਿਰ ਤੁਸੀਂ ਉਹਨਾਂ ਟਾਈਮਾਂ ਦੇ ਵਿੱਚ ਕਿਹੜੇ ਕਿਹੜੇ ਖਿਡਾਰੀਆਂ ਨਾਲ ਬਾਜ਼ੀਆਂ ਛੱਡੀਆਂ ਬਾਬਾ ਜੀ ਨੇ ਤੁਸੀਂ ਵੀ ਨਾਲ ਜਾਂਦੇ ਰਹੇ ਸੀ ਅਤੇ ਕਿਹੜੇ ਕਿਹੜੇ ਉਦੋਂ ਖਿਡਾਰੀ ਸੀਗੇ ਕਿਹਨਾਂ ਨਾਲ ਬਾਜ਼ੀਆਂ ਕਿਹੜੇ ਕਿਹੜੇ ਪਿੰਡ ਛੱਡੀਆਂ ਡਿਟੇਲ ਨਾਲ ਗੱਲ ਦੱਸੋ ਸਾਨੂੰ ਪੂਰੀ ਅਸੀਂ ਜੀ ਉੱਡਦੀ ਬਾਜ਼ੀ ਛੱਡੀ ਉੱਡਦੀ ਛੱਡੀ ਉੱਥੇ ਸਾਡੀ ਕਬੂਤਰੀ ਹਿੱਸੇ 'ਚ ਆਈ ਬਾਬੇ ਦੇ ਨਾਲ ਜਾ ਕੇ ਉਦੋਂ ਬਾਅਦ ਅਸੀਂ ਯਾਤਰੀ ਛੱਡੀ ਉੱਥੇ ਚਾਰ ਕਬੂਤਰ ਰਹਿ ਗਏ ਅੱਠ ਨੇ ਕੋਈ ਹੋਊਗਾ ਸਾਢੇ ਕੁ ਪੰਜ ਦਾ ਟਾਈਮ ਸਾਰਿਆਂ ਤੋਂ ਮੰਦੀ ਸਾਡੀ ਕਬੂਤਰੀ ਜੀ ਅਤੇ ਉਹ ਕਹਿਣ ਲੱਗੇ ਵੀ ਘੁਸਰ ਘੁਸਰ ਕਰਨ ਲੱਗ ਗਏ ਇੱਕ ਤਾਂ ਹਾਕਮ ਬੱਲੋ ਵਾਲਾ ਇੱਕ ਜੀਤੂ ਡਾਕਟਰ ਇੱਕ ਬਾਲਿਆਲੀ ਦਾ ਫੌਜੀ ਵੱਜਦਾ ਜੀ ਅਤੇ ਉਹ ਕਹਿਣ ਲੱਗੇ ਵੀ ਇਹ ਛਾਪ ਤਾਂ ਇਹਨਾਂ ਨੂੰ ਆਪਾਂ ਦਿੰਦੇ ਨਹੀਂ ਅਤੇ ਮੈਂ ਆਖਿਆ ਗੱਲ ਸੁਣੋ ਭਾਈ ਜੇ ਤਾਂ ਸਾਡੀ ਬੈਠੀ ਹੈ ਫਿਰ ਤਾਂ ਤੁਸੀਂ ਛਾਪ 'ਚੋਂ ਹਿੱਸਾ ਕੱਢੋ ਬਾਜੀ ਕਹਿੰਦੇ ਚਾਰਾਂ ਦੀ ਆਪਣੀ ਕੱਚੀ ਅਤੇ ਛਾਪ 'ਚੋਂ ਕੁਛ ਨਹੀਂ ਦੇਣਾ ਛੜਾਈ ਸੀ ਬਾਜੀ ਇਹ ਬਠਿੰਡੇ ਚੰਨੀ ਮਹੰਤ ਨੇ ਯਾਤਰੀ ਪਿੰਡ ਅਤੇ ਉਦੋਂ ਮੁੜ ਕੇ ਮੈਂ ਆਖਿਆ ਵੀ ਆਪਣੀ ਕੱਚੀ ਨਹੀਂ ਜੇ ਨਹੀਂ ਤੁਸੀਂ ਛਾਪ 'ਚ ਹਿੱਸਾ ਰੱਖਣਾ ਉਹ ਫਿਰ ਪੰਜ ਦਸ ਮਿੰਟਾਂ ਬਾਅਦ ਫਿਰ ਦੇਖ ਕੇ ਆ ਗਏ ਕਹਿਣ ਲੱਗੇ ਵੀ ਐਂ ਕਰੋ ਚੱਲ ਬਾਜੀ ਕੱਚੀ ਅਤੇ ਜਿਹੜਾ ਸਭ ਤੋਂ ਲਾਸਟ ਵਿੱਚ ਛਾਪ ਉਹਦੀ ਛਾਪ ਉਹਦੀ ਅਤੇ ਇੱਕ ਬਹਿ ਗਿਆ ਜੀ ਪੌਣੇ ਕੁ ਛੇ ਵਜੇ ਅਤੇ ਇੱਕ ਸਾਢੇ ਛੇ ਵਜੇ ਬਹਿ ਗਿਆ ਅਤੇ ਹਾਕਮ ਵੱਲੋਂ ਵਾਲੇ ਦਾ ਅਤੇ ਸਾਡਾ ਰਹਿ ਗਏ ਦੋ ਰਹਿ ਗਏ ਅਤੇ ਉਹ ਕਹਿਣ ਲੱਗੇ ਵੀ ਹੁਣ ਤਾਂ ਛਾਪ ਵੱਢਣੀ ਪਊਗੀ ਮਖਾਲੇ ਪੰਜ ਮਿੰਟ ਪਏ ਆ ਭਾਈ ਆਪਣੀ ਉਵੇਂ ਜਿਕਰੀ ਬਹਿੰਦੀ ਬਹਿੰਦੀ ਫਿਰਦੀ ਰਹੀ ਠੀਕ ਹੈ ਜੀ ਅਤੇ ਮੁੜ ਕੇ ਉਹਨਾਂ ਨੇ ਕੀ ਕੀਤਾ ਇੱਕ ਮਿੰਟ ਰਹਿ ਗਿਆ ਸੱਤ ਵੱਜਣ 'ਚ ਅਤੇ ਸਿੱਧਾ ਆਉਂਦਾ ਟਾਲੀ 'ਤੇ ਬਹਿ ਗਿਆ ਹਾਕਮ ਦਾ ਵੱਲੋਂ ਵਾਲੇ ਦਾ ਅਤੇ ਉਦੋਂ ਮੁੜ ਕੇ ਸੱਤ ਵਜੇ ਚੰਨੀ ਮਹੰਤ ਨੇ ਸਾਡੀ ਢਾਂਗੀ ਲਾ ਕੇ ਕਬੂਤਰੀ ਛੱਡੀ ਸੀ ਭਾਈ ਉਹ ਛਾਪ ਵਾਲੀ ਬੱਲੇ ਬੱਲੇ ਆ ਜੀ ਮਤਲਬ ਕਿ ਗੱਲ ਤੁਸੀਂ ਕੀਤੀ ਗਰੀਬੀ ਦੀ ਹਾਂ ਬੰਦਾ ਜਿਵੇਂ ਕਹਿੰਦੇ ਨਾ ਦਿਲ ਤੋਂ ਗਰੀਬ ਨਹੀਂ ਹੋਣਾ ਚਾਹੀਦਾ ਤੇ ਗਰੀਬੀ ਦੇਖੋ ਜੀ ਬਹੁਤ ਸਾਰੇ ਅਮੀਰ ਵੀ ਆ ਪਰ ਮਤਲਬ ਕਈ ਵਾਰੀ ਨੀਤ ਹੈ ਜਿਹੜੀ ਨੀਤ ਬੰਦੇ ਦੀ ਸਾਫ਼ ਹੋਣੀ ਚਾਹੀਦੀ ਹੈ ਗਰੀਬੀ ਦੀ ਕੋਈ ਗੱਲ ਨਹੀਂ ਜੇ ਗਰੀਬੀ ਦੀ ਗੱਲ ਹੁੰਦੀ ਅੱਜ ਮੈਂ ਵੀ ਨਾ ਆਉਂਦਾ ਤੁਹਾਡੇ ਕੋਲ ਕਿਉਂਕਿ ਬੰਦਾ ਦਿਲ ਤੋਂ ਗਰੀਬ ਨਹੀਂ ਹੋਣਾ ਚਾਹੀਦਾ ਜੋ ਕਿ ਬਾਬੇ ਦਾ ਨਾਂ ਸੀਗਾ ਸਾਡਾ ਮੇਨ ਮਕਸਦ ਕੀ ਸੀ ਕਬੂਤਰਬਾਜ਼ੀ ਨੂੰ ਉੱਤੇ ਲੈ ਕੇ ਜਾਣਾ ਬਾਬਾ ਜੀ ਦਾ ਜਦੋਂ ਵੀਰ ਨੇ ਇੱਧਰ ਪਿੱਛੇ ਬੈਠਾ ਮੱਲ ਇਹਨੇ ਦੱਸਿਆ ਵੀ ਕੋਈ ਖਿਡਾਰੀ ਸੀ ਕਦੇ ਵੀ ਜ਼ਿਕਰ ਨਹੀਂ ਆਇਆ ਸੀ ਜਦੋਂ ਸਾਨੂੰ ਦੱਸਿਆ ਸੀ ਫੌਰਨ ਤੁਹਾਡੇ ਕੋਲ ਚੱਲੇ ਆਏ ਠੀਕ ਹੈ ਜੀ ਨਾਲ ਬੈਠੇ ਅੱਜ ਤੁਹਾਡੇ ਅਤੇ ਬਹੁਤ ਵਧੀਆ ਜਿਹੜੀ ਆ ਤੁਸੀਂ ਗੱਲ ਸੁਣਾਈ ਆ ਉਹ ਕਿਹੜਾ ਕਬੂਤਰ ਸੀ ਜੰਟੇ ਵਾਲਾ ਅਤੇ ਜਿਹੜੀ ਉਹ ਕਬੂਤਰੀ ਮਿਸ ਉਹਨਾਂ ਦਾ ਬੱਚਾ ਜਿੱਤਿਆ ਸੀ ਰਾਜਨ ਨੇ ਫੜੀ ਸੀ ਉਹਦਾ ਉਹ ਰਾਜਨ ਨੇ ਫੜੀ ਸੀ ਉਹਦਾ ਤੇ ਟੈਂਕੀ ਵਾਲਾ ਕਬੂਤਰ ਸਾਖਾ ਫੜਿਆ ਟੈਂਕੀ ਵਾਲਾ ਇੱਕ ਕਬੂਤਰ ਵੀ ਹੱਥ 'ਚ ਫੜਿਆ ਇਹ ਦੁਸਰ ਜਿੱਤੀ ਵੀ ਬਫੋਕੇ ਗੁੜ ਤੇ ਚਨਾਸ ਲਖਾਨੀ ਲਓ ਜੀ ਆਹ ਕਬੂਤਰੀ ਇਹਨਾਂ ਦੀ ਜਿੱਤੀ ਆ ਦੁਸਰ ਫੋਕੇ ਗੁੜ ਤੇ ਕੱਲੇ ਫੋਕਾ ਆਮ ਸਿੰਪਲ ਆਮ ਸਿੰਪਲ ਠੀਕ ਹੈ ਜੀ ਤੇ ਇਹ ਕਿਹੜੇ ਕਬੂਤਰਾਂ ਤੋਂ ਆ ਜੀ ਇਹ ਇਹਨਾਂ 'ਚ ਹੀ ਆਪਣਾ ਲੈ ਤੋ ਸਾਰਾ ਠੀਕ ਹੈ ਜੀ ਲਓ ਜੀ ਇੱਕ ਕਬੂਤਰੀ ਦੁਸਰ ਜਿੱਤੀ ਹੈ ਜੀ 13 ਸਾਲਾਂ ਦੀ ਹੈ ਜੀ ਨਿੰਗਨੋਂਗ ਕਰਾਂਗਨੇ ਵਰਗੇ ਤੇ ਹੋਰ ਪੀਰਕੋਟ ਦੇ ਸਰਦਾਰ ਵੀ ਸੀਗੇ ਜੀ ਸਾਰੇ ਹਰਾਏ ਆ ਨਿੰਗਨੇ ਪੰਜ ਸਾਮੇ ਦੀ ਕਰਾਂਗਨੇ ਨੇ ਜੀ ਪੰਜੀ ਹਰਾਈ ਲਓ ਜੀ ਆਹ ਕਬੂਤਰੀ ਵੱਖੋ ਤੇ ਉਹ ਕਹਿਣ ਲੱਗਿਆ ਨਾ ਲੱਡੂ ਕਰਾਂਗਨੇ ਵਾਲਾ ਦੁਸਰ ਚ ਮੈਨੂੰ ਜੀ ਕੋਈ ਟਾਈਮ ਹੋਊਗਾ ਦੋ ਦਾ ਜੀ ਕਹਿਣ ਲੱਗਿਆ ਵੀ ਐਂ ਕਰ ਬਖਤੂ ਵਾਲਿਆ ਤੇਰੀ ਬਾਜੀ ਅਸੀਂ ਕੱਚੀ ਕਰਾ ਦਿੰਦੇ ਆ ਤੇ 500 ਰੁਪਿਆ ਦੇ ਦੇ ਸਾਨੂੰ ਜੀ ਮੈਂ ਉਹਦਾ ਦੁਸਰ ਦਾ ਖਿਡਾਰੀ ਹਾਂ ਮੈਂ ਉਹਦਾ ਤਾਂ ਲੋਕ ਆਪ ਆ ਕੇ ਪੁੱਛਣਗੇ ਵੀ ਕਿਵੇਂ ਕਰੇਗਾ ਤੇ ਮੁੜ ਕੇ ਮੇਘਾ ਭਾਈ ਬਖਤੌਰ ਵਾਲਾ ਮੈਨੂੰ ਕਹਿਣ ਲੱਗਿਆ ਵੀ ਤੂੰ ਮੇਰੇ ਨਾਲ ਕਿਵੇਂ ਕਰੇਗਾ ਮੈਂ ਆਪਣੇ ਦੋਨੇ ਰਹਿ ਗਏ ਤੂੰ ਬਹਾਲੀ ਬਾਈ
ਤੇ ਲਾਸਟ ਤੇ ਦੁਸਰ ਤੇ 5:30 ਸਾਡੇ ਦੋਨਾਂ ਦੇ ਰਹਿ ਗਏ। ਪੀਰ ਕੋਟੀਆਂ ਦਾ ਲਾਸਟ ਰਹਿੰਦਾ ਸੀ, ਉਹ ਵੀ ਮੁੰਡੇ ਜਿਹੇ ਸੀਗੇ ਉਹਨਾਂ ਨਾਲ ਖੱਟੇ ਪਰਨ ਵਾਲੇ, ਲੜਕ ਰਿਹਾ ਉਹਨਾਂ ਨੇ ਬਹੁਤ ਬੰਦਿਆਂ ਦੇ ਵਿੱਚ ਹੀ ਆ ਕੇ ਡਿੱਗ ਪਿਆ ਕਬੂਤਰ ਉਹਨਾਂ ਦਾ। ਫਿਰ ਉਸ ਤੋਂ ਬਾਅਦ ਅਸੀਂ ਦੋਨਾਂ ਨੂੰ ਵੰਡੀ ਨੂੰ ਵੀ ਤਿਆਰ ਸੀ। ਠੀਕ ਹੈ ਜੀ, ਪਹਿਲਾਂ ਤਾਂ ਕਬੂਤਰੀ ਦੇ ਪਰ ਦੇਖੋ ਜੀ ਕਿੰਨੇ ਲੰਬੇ ਤੇ ਪਤਲੇ ਪਰ ਆ। ਕਬੂਤਰੀ ਦੇ ਬਹੁਤ ਜ਼ਿਆਦਾ ਪਤਲੇ ਪਰ ਆ ਜੀ, ਜਿੰਨੇ ਵੀ ਆਪਾਂ ਪਤਲੇ ਕਹਿ ਸਕਦੇ ਹਾਂ ਉਨੇ ਪਤਲੇ, ਅਤੇ ਲੰਬੇ ਪਰ ਦੇਖੋ ਕਿਵੇਂ ਜਾ ਰਹੇ ਆ ਜੀ। ਪੂਛ ਤੋਂ ਦੇਖੋ ਜੀ ਲੰਬੇ ਜਾ ਰਹੇ ਆ, ਆਹ ਪੂਛ ਰਿਹਾ ਜੀ ਇੰਨੇ ਖੰਭ ਉੱਪਰ ਆ ਗਏ ਜੀ ਪੂਛ ਤੋਂ ਕਬੂਤਰੀ ਦੇ। ਸੋ ਬਹੁਤ ਵਧੀਆ ਜੀ, ਉਹ ਬਾਜੀ ਫਿਰ ਤੁਸੀਂ ਜਿੱਤ ਲਈ ਸੀ? ਹਾਂ ਜਿੱਤੀ ਜੀ। ਠੀਕ ਹੈ ਜੀ, ਦੂਜਾ ਵੀ ਕਬੂਤਰ ਨਾਲ ਦੀ ਨਾਲ ਫੜੀ ਆਓ ਜੀ, ਜੋ ਵੀ ਹੈ ਤੁਹਾਡੇ ਨਾਲ ਗੱਲਬਾਤ ਕਰਕੇ ਪਹਿਲਾਂ ਤਾਂ ਬੜਾ ਵਧੀਆ ਲੱਗ ਰਿਹਾ ਸਾਨੂੰ ਕਿ ਤੁਸੀਂ ਜਿਹੜਾ ਜਵਾਬ ਹੈ ਬੜੇ ਆਰਾਮ ਨਾਲ ਬੜੇ ਸਹਿਜ ਮਤੇ ਨਾਲ ਦੇ ਰਹੇ ਹੋ। ਹੋਰ ਅੱਗੇ ਗੱਲ ਆਪਾਂ ਜਾਰੀ ਰੱਖੋ, ਤੁਸੀਂ ਦੱਸੋ ਉਸ ਤੋਂ ਬਾਅਦ ਕਿੱਥੇ ਬਾਜੀ ਆਪਾਂ ਛੱਡੀ ਜੀ? ਉਸ ਤੋਂ ਬਾਅਦ ਜੀ ਅਸੀਂ ਪਹਿਲਾਂ ਡੈਣੇ ਪਾ ਕੇ ਜੀ, ਅਤੇ ਉੱਥੇ ਕਬੂਤਰ ਤਾਂ ਸੀਗੇ ਕੋਈ 15-20 ਪੈਸੇ ਥੋੜ੍ਹੇ ਹੀ ਹੁੰਦੇ ਸੀ ਜੀ ਉਹਨਾਂ ਟਾਈਮਾਂ, ਅਤੇ ਅਸੀਂ ਜਦੋਂ ਛੱਡੀ ਅਤੇ 1:30 ਮੇਰੇ ਕੋਲ ਇੱਕ ਕਾਲੇ ਬਾਂਦਰਾਂ ਤੋਂ ਮੁੰਡਾ ਹੈਗਾ ਸਾਡੇ ਮਹਿਰਿਆਂ ਦਾ ਜੀ, ਜੱਗਾ ਉਹਦਾ ਨਾਮ ਜੀ, ਉਹ ਕਹਿਣ ਲੱਗਿਆ ਵੀ ਤੇਰਾ ਕਬੂਤਰ ਨਾ 1:30 ਚੁਬਾਰੇ 'ਤੇ ਬਹਿੰਦਾ। ਇੱਕ ਮਿੰਟ, ਹਾਂਜੀ ਹਾਂਜੀ, ਚੁਬਾਰੇ 'ਤੇ ਬੈਠੀ ਜਾਂਦਾ। ਮੈਂ ਉਹਨੂੰ ਪੁੱਛਿਆ, ਮੈਂ ਲੜਕ ਰਿਹਾ ਤਾਂ ਨਹੀਂ? ਉਹ ਕਹਿਣ ਲੱਗਿਆ ਜੀ ਨਾ ਬਾਈ ਮੈਂ ਲੜਕ ਰਿਹਾ ਤਾਂ ਹੈ ਨਹੀਂ, ਉੱਥੇ ਪੂਲੀ ਵਾਲਾ ਪੰਡਿਤ ਜਲੌਰਾ ਅਤੇ ਹੋਰ ਵੀ ਕਬੂਤਰ ਬਾਜ ਬੈਠੇ ਸੀ, ਉਹਨਾਂ ਦਾ ਮੈਂ ਨਾਂ ਨਹੀਂ ਜਾਣਦਾ। ਅਤੇ ਉਹ ਕਹਿਣ ਲੱਗਿਆ ਵੀ ਮੈਂ ਕਿਹਾ ਲੜਕ ਰਹੇ ਜੀ ਅੱਜ 7 ਤੋਂ ਪਹਿਲਾਂ ਕਬੂਤਰ ਆਪਣਾ ਬਹਿ ਗਿਆ ਨਾ ਤਾਂ ਆਪਾਂ ਖੁੱਡੇ ਢਾ ਦਿਆਂਗੇ ਜਾ ਕੇ ਯਾਰ ਬਾਈ। ਉਹ ਕਹਿਣ ਲੱਗਿਆ ਵੀ ਯਾਰ ਹੁਣ ਤਾਂ 1:30 ਪੰਡਿਤ, ਕਹਿਣ ਲੱਗਿਆ ਵੀ 7 ਵਜਾਉਣੇ ਬਹੁਤ ਦੂਰ ਹੈ ਦੀ ਗੱਲ ਹੈ। ਮੈਂ ਕਿਹਾ ਪੰਡਿਤ ਤੂੰ ਇੱਥੇ ਹੀ ਕੋਲੇ ਹੀ ਬੈਠਾ ਹੈ ਅਤੇ ਕੋਈ ਸਾਡਾ ਬੰਦਾ ਲੜਕ ਰੂਗਾ ਨਾ ਜਾ ਕੇ, ਅਸੀਂ ਇੱਥੇ ਹੀ ਬੈਠੇ ਅਸੀਂ 2-3 ਜਾਣੇ ਹਾਂ, ਕੋਈ ਬਾਹਲੇ ਜਾਣੇ ਨਹੀਂ। ਮੈਂ ਕਿਹਾ ਸੀ ਅਤੇ ਉਹੀ ਗੱਲ 7:15 ਕਬੂਤਰ ਬੱਦਲ 'ਚ ਬੜੇ ਖੜ੍ਹੇ ਸੀ, ਇੰਨੇ ਇੰਨੇ ਦਿੰਦੇ ਸੀ ਥੋੜ੍ਹੇ ਥੋੜ੍ਹੇ, ਇੱਕ ਮੇਰਾ ਅਤੇ ਇੱਕ ਤੁੰਗਾਲੀ ਤੋਂ ਮੰਦਰ ਦਾ, ਅਸੀਂ ਦੋਨਾਂ ਨੇ 7 ਭਾਈ ਸਾਡੀ ਬਾਜੀ ਸਾਂਝੀ ਹੋਈ ਜੀ। ਆਹ ਅੱਗੇ ਇੱਕ ਹੋਰ ਕਬੂਤਰ ਲਿਆਇਆ ਜੀ, ਇਹ ਆਹ ਦੇਖੋ ਜੋ ਨਿਸ਼ਾਨੀ ਅਸੀਂ ਤੁਹਾਨੂੰ ਦੱਸੀ ਸੀ ਤੁਹਾਡੇ ਕਬੂਤਰਾਂ ਦੇ, ਹਰ ਕਿਸੇ ਦੇ ਜਿਹੜਾ ਸਿਰ ਦੇ ਵਿੱਚ ਹੈਗਾ ਚੁੱਟ ਕੋਈ ਕਾਲਾ ਜਾਂ ਲਾਲ, ਹਰੇਕ ਕੱਢਦੇ ਇਹ? ਲਾਲ ਹੀ ਕੱਢਦੇ, ਲਾਲ ਕੱਢਦੇ ਆ, ਕਾਲੇ ਵੀ ਕੱਢ ਦਿੰਦਾ ਹੈ। ਲਓ ਜੀ ਆਹ ਖੱਟੀਆਂ ਅੱਖਾਂ, ਇਹ ਕਿਤੇ ਬਾਜੀ ਛੱਡਿਆ? ਚਨਾਰ ਸਰਖਾਨੇ ਸਰਪੰਚ ਦੇ ਪਿੰਡ ਛੱਡਿਆ ਸੀ ਜੀ ਇਹ ਬਾਜੀ ਤੇ ਜੀ, ਤੇ ਇਹਦੇ ਰੰਗਿਆ ਸੀਗਾ ਸਾਰਾ ਢਿੱਡ ਤੇ ਗੁਲਾਬੀ ਪੂੰਜਾ ਸੀਗਾ, ਇੱਕ ਮੋਢਾ ਵੀ ਸੀਗਾ ਝਾੜ ਪਿਆ ਹੋਇਆ ਸੀ ਇਹ ਮਾੜਾ ਮਾੜਾ ਜੀ, ਤੇ ਪੁੱਠੀਆਂ ਲੋਟਣੀਆਂ ਖਾਂਦਾ ਇਹ। ਠੀਕ ਹੈ ਜੀ, ਤੇ ਅਸੀਂ ਇਹ ਮੁੰਡਾ ਪੜਿਆ ਮੈਂ ਜੀ ਅਨਪੜ੍ਹ ਜੀ, ਤੇ ਇਹਨੇ ਜਾ ਕੇ ਦੇਖੀ ਕਾਪੀ, ਉਹਨਾਂ ਨੇ ਸਾਡਾ ਨਾਂ ਹੀ ਨਹੀਂ ਸੀ ਉੱਥੇ ਕੱਟਦਾ, ਕੱਟਤਾ ਤੇ ਉਹ ਕਲਿਆਣਾ ਦਾ ਗਿਆਨੀ ਕਹਿੰਦਾ ਇਹ ਕਬੂਤਰ ਮੇਰਾ ਚਿੱਟੀਆਂ ਅੱਖਾਂ ਦਾ। ਠੀਕ ਹੈ ਜੀ, ਮੈਂ ਆਖਿਆ ਇਹ ਖੱਟੀਆਂ ਦਾ ਬਾਈ ਸਾਡਾ। ਠੀਕ ਹੈ ਜੀ, ਤੇ ਉਹ ਕਹਿਣ ਲੱਗਾ ਵੀ ਜੇ ਤੁਹਾਡਾ ਤਾਂ 1000-1000 ਰੁਪਇਆ ਲਾ। ਠੀਕ ਹੈ ਜੀ, ਮੈਂ ਆਖਿਆ ਵੀ ਮੁੰਡਾ ਤੇਰੇ ਕੋਲ ਕਿੰਨੇ ਕੁ ਪੈਸੇ ਹੈ? ਇਹ ਕਹਿੰਦਾ ਹੈਗਾ 200-300 ਰੁਪਇਆ। ਠੀਕ ਹੈ ਜੀ, ਮੇਰੇ ਕੋਲ ਸੀਗਾ 1000 ਰੁਪਇਆ। ਮੈਂ ਆਖਿਆ ਜੀ ਤੇਲ ਤੂਲ ਵੀ ਪਵਾਵਾਂਗੇ, ਰਾਹ 'ਚ ਹਨੇਰਾ ਵੀ ਹੋ ਸਕਦਾ, ਦੂਜੇ ਦਿਨ ਵੀ ਇੱਥੇ ਆਉਣਾ ਪਊਗਾ ਜੇ ਰਾਤ ਨੂੰ ਕਬੂਤਰ ਨਾ ਬੈਠਾ, ਤੇ ਅਸੀਂ 1000-1000 ਰੁਪਇਆ ਲਾ ਲਿਆ ਜੀ। ਤੇ 1000 ਰੁਪਇਆ ਕਿਸੇ ਨੇ ਮੈਨੂੰ ਹੋਰ ਧਾਰਾ ਦੇ ਦਿੱਤਾ, ਕਹਿੰਦਾ ਜੇ ਹੋਰ ਲਾਉਣੇ ਤਾਂ ਹੋਰ ਲਾ ਲੈ। ਮੈਂ ਗਿਆਨੀ ਨੂੰ ਆਖਿਆ ਮਖਲਾ ਭਾਈ 1000-1000 ਹੋਰ ਲੱਗਦਾ। ਫਿਰ ਉਹਨੇ ਰਮਾਣੇ ਵਾਲੇ ਡਾਕਟਰ ਦੇ ਮੁੰਡੇ ਤੋਂ 1000 ਰੁਪਇਆ ਧਾਰਾ ਲੈ ਕੇ ਅਤੇ ਮੇਰੇ ਨਾਲ ਹੋਰ ਲਾ ਲਿਆ। ਫਿਰ ਮੈਨੂੰ ਰਾਜਨ ਨੇ ਅਤੇ ਕਾਲੇ ਬਾਘੇ ਨੇ, ਇਹ ਸਾਡੇ ਪਿੰਡ ਇਹਦਾ ਇਹਨਾਂ ਦਾ ਮੁੰਡਾ ਵਿਆਹ ਸਾਡੇ ਪਿੰਡੋਂ ਇਹਨਾਂ ਦੇ ਘਰ ਚਾਚੇ ਤਾਇਆਂ 'ਚ, ਅਤੇ ਇਹ ਕਹਿਣ ਲੱਗੇ ਵੀ ਰਿਸ਼ਤੇਦਾਰਾਂ ਤੂੰ ਸਾਡਾ ਨਹੀਂ ਪੈਸੇ ਪਵਾਏ ਅਤੇ ਆਹ ਫੜ 5000 ਰੁਪਇਆ ਗਿਆਨੀ ਨੂੰ ਫੇਰ ਕਹਿ ਜਾ ਕੇ। ਮੈਂ ਗਿਆਨੀ 5-5000 ਰੁਪਇਆ ਹੋਰ ਲੱਗਦਾ ਭਾਈ, ਉਹ ਆਹਦਾ ਵੀ ਮੇਰੇ ਕੋਲ ਹੈ ਨਹੀਂ ਪੈਸੇ, ਮੈਂ ਤਾਂ ਕਿਸੇ ਤੋਂ ਫੜ ਕੇ ਲਾਏ ਆ। ਅਤੇ ਫਿਰ ਨਾਇਬ ਸਰਪੰਚ ਨੇ ਕੀ ਕੀਤਾ, ਕਹਿਣ ਲੱਗਿਆ ਵੀ ਇਹ ਕਬੂਤਰ ਦਾ ਰੌਲਾ, ਜਿਹੜਾ ਕਬੂਤਰ ਇਹ ਹੱਥ ਨੇ ਕੁਦਰਤੀ ਨਾ ਆਇਆ ਅਤੇ ਦੂਜੇ ਦਿਨ ਉੱਠੂਗਾ ਇਹ 8 ਦੇ ਤੀਕਰ ਵੀ ਉੱਠ ਸਕਦਾ, ਉਦੋਂ ਬਾਅਦ ਜੇ ਜਿਹਦਾ ਕਬੂਤਰ ਹੋਇਆ ਪੈਸੇ ਮਿਲਣਗੇ ਉਹਨੂੰ। ਅਤੇ ਇਹ ਕਬੂਤਰ ਉੱਟਿਆ ਜੀ ਦੂਜੇ ਦਿਨ 7:45 ਤੜਕੇ, ਅਤੇ ਮੈਂ ਤਾਂ ਰਾਤ ਨੂੰ ਉੱਥੇ ਹੀ ਰਹਿ ਗਿਆ। ਮੈਂ ਆਖਿਆ ਵੀ ਤੜਕੇ ਕਿੱਥੇ ਆ ਜਾਂਦੇ ਸੁਨੇਹਾ, 5 ਉੱਠਾਂਗੇ ਕਬੂਤਰ ਸੁਨੇਹਾ ਵੀ ਉੱਠ ਕੱਢਦਾ। ਅਤੇ ਅਸੀਂ ਭਾ ਲਿਆ ਕਬੂਤਰ, ਗਿਆਨੀ ਨੂੰ ਸੱਦ ਲਿਆ ਕੋਲੇ, ਗਿਆਨੀ ਕਹਿਣ ਲੱਗਿਆ ਵੀ ਨਹੀਂ ਤੁਹਾਡਾ ਹੀ ਆ। ਮੈਂ ਕਿਹਾ ਨਾ, ਤੂੰ ਐਂ ਕਹਿ ਦੇ ਵੀ ਇਹਦਾ ਬਦਲ ਕੇ ਪਾ ਲਿਆ ਪਿੰਜਰੇ 'ਚ, ਹੁਣ ਖੱਟੀਆਂ ਦਾ ਪਾ ਲਿਆ ਮੇਰਾ, ਚਿੱਟੀਆਂ ਦਾ ਇਹਨਾਂ ਨੇ ਲੁਕੋ ਲਿਆ, ਮੈਂ ਚੁਬਾਰੇ 'ਤੇ ਚੜਿਆ ਕੋਲੇ ਸਾਡੇ, ਅਸੀਂ ਪਾਉਂਦੇ ਹਾਂ। ਅਤੇ ਅਸੀਂ ਲੈ ਗਏ ਸਰਪੰਚ ਕੋਲੇ, ਸਰਪੰਚ ਕਹਿੰਦਾ ਵੀ ਭਾਈ ਇਹਨਾਂ ਦਾ ਕਬੂਤਰ
ਗਿਆਨੀ ਨੇ ਕਹਿਤਾ ਵੀ ਇਹਨਾਂ ਦਾ ਬਈ ਪੈਸੇ ਇਹਨਾਂ ਨੂੰ ਮਿਲਣੇ ਚਾਹੀਦੇ। ਲਓ ਜੀ ਆਹ ਥੋੜ੍ਹਾ ਜਿਹਾ ਉਲਟ ਹੈ ਉਸਦੇ, ਇਹਦਾ ਤੁਹਾਨੂੰ ਪੂੰਝਾ ਦਿਖਾਉਂਦੇ ਹੈ, ਨਾਲ ਇਹਦਾ ਪੂੰਝਾ ਜਿਹੜਾ ਲੰਬਾ ਅਤੇ ਖੰਭ ਛੋਟੇ ਹੈ ਜੀ ਪੂਰੀ। ਆਹ ਦੇਖੋ ਤੁਸੀਂ ਇੱਕ ਉਂਗਲ ਪੂੰਝਾ ਵੱਡਾ, ਖੰਭ ਛੋਟੇ ਰਹਿ ਜਾਂਦੇ ਇਹਦੇ। ਇਹ ਨਸਲ ਹੈ ਜੀ ਜੋ ਕਿ ਚਨਾਰ, ਇਹ ਵੀ ਕਬੂਤਰ ਇਹਨਾਂ ਦਾ ਜਿੱਤਿਆ, ਚਨਾਰ ਸਰਖਾਨਾ ਉਸੇ ਪਿੰਡੀ ਉਸੇ ਪਿੰਡੀ। ਲਓ ਜੀ ਲਓ ਜੀ ਇੱਕ ਇਹਨਾਂ ਦੇ ਮਸ਼ਹੂਰ ਕਬੂਤਰ ਹੈ ਜੀ ਬਿੱਠ ਵਾਲੇ। ਇਹਦੀ ਦੱਸੋ ਜੀ ਬਿੱਠ ਵਾਲਾ ਨਾਮ ਕਿਵੇਂ ਪਿਆ? ਇਹਦਾ ਨਾਂ ਜੀ ਬਿੱਠ ਤੇ ਰੰਗ ਲੱਗਿਆ ਸੀ ਕੱਲਾ ਇਹਦੇ। ਅੱਛਾ ਜੀ। ਗੁਲਾਬੀ ਰੰਗ ਬਿੱਠ ਤੇ ਲਾਇਆ ਸੀਗਾ। ਅੱਛਾ ਜੀ। ਤੇ ਉੱਥੋਂ ਇਹ ਕਿ ਜਦੋਂ ਡਾਉਂਦੇ ਵੀ ਕਿਹੜਾ ਡਾਉਣਾ, ਮੈਂ ਤਾਂ ਸਬਜ਼ੀ ਲੈਣ ਗਿਆ ਹੁੰਦਾ ਸੀ, ਮੈਂ ਇੱਕ ਤਾਂ ਬਿੱਠ ਵਾਲਾ ਡਾ ਦੇ, ਇੱਕ ਗੁਲਾਬੀ ਪੂੰਝੇ ਤੇ ਪੋਟੇ ਵਾਲਾ ਡਾ ਦੇ। ਠੀਕ ਹੈ। ਤੇ ਇਹ ਫਿਰ ਅਸੀਂ ਛੱਡਿਆ ਜੀ ਗੁਰੂ ਸਰ ਜਾ ਕੇ। ਠੀਕ ਹੈ ਜੀ। ਐਂਟਰੀ ਵਾਲੀ ਬਾਜੀ ਸੀ ਸਾਡੀ, ਭੁੰਡੇ ਨਾਲ ਐਂਟਰੀ ਸੀ ਬੇਗੇ ਵਾਲੇ ਨਾਲ। ਠੀਕ ਹੈ ਜੀ। ਉੱਥੇ ਇੱਕ ਘੰਟਾ ਸਾਰੇ ਤੋਂ ਮਗਰ ਭਾਇਆ ਸੀ। ਠੀਕ ਹੈ ਜੀ। ਹਾਂ ਕੱਲਾ ਰਹਿ ਗਿਆ ਸੀ, ਵੰਡ ਲਈ ਸੀਗੀ ਬਾਜੀ। ਇਹ ਜਵਾਕ ਜੇ ਮੇਰੇ ਕੋਲ ਆਏ ਜੀ, ਇਹ ਮੈਨੂੰ ਪਤਾ ਲੱਗ ਗਿਆ ਵੀ ਕਬੂਤਰ ਇਹਨਾਂ ਦਾ ਜਿੱਤੂ, ਉਦੋਂ ਫਿਰ ਸਾਡੇ ਬੰਨੀ ਦਾ ਹੋ ਗਿਆ। ਅਤੇ ਜਿਹੜੇ ਮੇਰੇ ਨਾਲ ਮੁੰਡੇ ਸੀਗੇ ਉਹ ਦੂਰ ਬੈਠੇ ਰਹੇ, ਮੇਰੀ ਥੋੜ੍ਹੀ ਜਿਹੀ ਨਿਗਾਹ ਘੱਟ ਸੀ, ਉੱਚਾ ਜਾਵਰ ਦਾ ਜੀਂਦਾ ਨਹੀਂ ਸੀ। ਇਹ ਐਂ ਵੰਡੀ ਗਈ ਬਾਜੀ। ਲਓ ਜੀ ਦੁਬਾਰਾ ਫਿਰ ਖਾਰੀ ਫੁੱਲੋ ਛੱਡਿਆ, ਦੁਬਾਰਾ ਫਿਰ ਖਾਰੀ ਫੁੱਲੋ ਕਬੂਤਰ ਜਿੱਤਿਆ ਸੀ, ਇਕੱਲਾ ਹੀ ਉੱਥੇ ਰਹਿ ਗਿਆ ਸੀ, ਇਕੱਲਾ ਫਿਰ ਉੱਥੇ ਰਹਿ ਗਿਆ ਸੀਗਾ ਜੀ। ਇਹ ਵੀ ਜੰਟੇ ਵਾਲਿਆਂ ਚੋਂ ਤੇ ਉਹਨਾਂ ਚੋਂ, ਇਹ ਬਾਂਦਰ ਵਾਲੇ ਕਬੂਤਰ ਦਾ ਪੱਠਾ ਜੀ, ਉਹਦਾ ਪੋਤਾ ਬਾਜੀ, ਉਹਦਾ ਜਿਹੜਾ ਹੁਣ ਦਿਖਾਇਆ ਸੀ ਇਹਦਾ ਪੋਤਾ। ਠੀਕ ਹੈ ਜੀ। ਠੀਕ ਹੈ ਜੀ। ਇਹ ਰਮਾਣੇ ਕਬੂਤਰ ਹੀ ਸੱਡੀ ਚ ਉਹਦਾ ਪੱਠਾ। ਲਓ ਜੀ ਆ ਕਿੱਥੇ ਛੱਡਿਆ ਸੀ ਰਮਾਣੇ, ਡਾਕਟਰ ਨੇ ਰਮਾਣੇ ਨੇ, ਡਾਕਟਰ ਰਮਾਣੇ ਨੇ ਜਿਹੜੀ ਕਬੂਤਰੀ ਛੱਡੀ ਸੀ ਉਹਦਾ ਪੱਠਾ, ਉਹਦਾ ਪੱਠਾ 72 ਕਬੂਤਰਾਂ ਚੋਂ ਤੇ ਉਹਦੇ ਭਰਾ ਦਾ ਸਾਰਾ ਤੋਂ ਲਾਸਟ, ਇਹ ਪੌਣਾ ਘੰਟਾ ਮਗਰੋਂ ਬੈਠੀ। ਠੀਕ ਹੈ ਜੀ। 7 ਵਜੇ ਸੀਗੇ 5 ਕਬੂਤਰਾਂ, 4 ਨੇ 7 ਵਜੇ ਤੇ ਸੀਗੇ ਤੇ ਉਹ 7:45 ਵਜੇ ਬੱਚੀ ਇਕੱਲੀ। ਠੀਕ ਹੈ ਜੀ। ਲਓ ਜੀ ਇਹ ਕਿਹੜਾ ਜੀ? ਇਹ ਪੱਲੇ ਵਾਲਾ ਕਬੂਤਰ ਹੈ ਜੀ। ਪੱਲੇ ਵਾਲਾ, ਪੱਲੇ ਵਾਲਾ, ਪੱਲੇ ਵਾਲਾ ਨਾਂ ਕਿਵੇਂ ਰੱਖਿਆ ਇਹਦਾ? ਇਹਦਾ ਕੱਲਾ ਗੁਲਾਬੀ ਪੱਲਾ ਰੰਗਿਆ ਸੀ ਤੇ ਰਾਤ ਨੂੰ ਇਹ ਬਾਹਰ ਰਹਿ ਜਾਂਦਾ ਸੀ ਜਦੋਂ ਛੱਡਦੇ ਗਰਮੀ 'ਚ। ਮੈਂ ਇਹ 3 ਵਾਰੀ ਬਾਹਰ ਰਹਿ ਗਿਆ, ਚੌਥੀ ਵਾਰ ਮੈਂ ਕਹਿਤਾ ਵੀ ਇਹ ਕਬੂਤਰ ਡਾਇਓ ਨਾ ਭਰਾ ਜੀ, ਇਹ ਬੱਚਾ ਬੱਚਾ ਇਹਦਾ ਭਰਾ ਸਕਾਰ ਮਾਣੇ ਦਾ, ਉਸ ਮਾਣੇ ਵਾਲੀ ਦਾ ਭਰਾ ਹੈ, ਉਸੇ ਝੋਲੀ ਦਾ, ਝੋਲੀ ਦੇ ਉਸੇ ਝੋਲੀ ਦਾ ਨਾਲ ਦਾ ਇੱਕ ਕਬੂਤਰ ਸੀ, ਉਹ ਮਰ ਗਿਆ, ਉਹਦਾ ਭਤੀਜਾ। ਠੀਕ ਹੈ ਜੀ। ਲਓ ਜੀ ਕਰੋ ਕਰੋ। ਲਓ ਜੀ ਆ ਜਿਹੜੀ ਰਾਜਨ ਦਾ ਨਾਂ ਜਿੱਥੋਂ ਬਣਿਆ ਸੀਗਾ, ਆ ਉਸ ਕਬੂਤਰੀ ਦੀ ਪੱਠੀ ਹੈ ਜੀ, ਉਹਦੀ ਹਿਸਟਰੀ ਸੁਣਾਓ ਜੀ, ਕਿਹੜੀ ਬਾਜੀ ਛੱਡੀ ਸੀ, ਕਿੱਥੋਂ ਚੱਕੀ ਸੀ? ਉਹ ਛੱਡੀ ਸੀ ਜੀ ਅਸੀਂ ਬਹਿਮਣ 22 ਜੇਠ ਨੂੰ ਜੀ, ਅਤੇ ਉੱਥੇ ਬਾਜੀ ਹਾਰ ਜਿੱਤੋ ਵੀ 1 ਵਜੇ ਅਤੇ ਕਬੂਤਰੀ ਉਹ 6 ਵਜੇ ਰਾਜਨ ਨੇ ਸਿੰਘਪੁਰੇ ਤੋਂ ਭਾਜੀ ਵਹਾ ਕੇ, ਅਤੇ ਸਾਨੂੰ ਪਹਿਲਾਂ ਤਾਂ ਮੈਂ ਉਹਦਾ ਭਰਾ ਸੀਗਾ ਮੈਂਗਲ, ਉਹ ਕਹਿਣ ਲੱਗਿਆ ਵੀ ਬਾਈ ਕਬੂਤਰੀ ਆਪਣੇ ਕੋਲ ਬੈਠੀ ਆ, ਯਾਤਰੀ ਬਾਜੀ 'ਤੇ ਅਸੀਂ ਇਕੱਠੇ ਹੋ ਗਏ, ਕਹਿੰਦਾ ਜਦੋਂ ਮਰਜ਼ੀ ਚੱਕਦੇ ਖੁੱਡੇ 'ਚ, ਮੈਨੂੰ ਕਿੱਥੇ ਚੱਕ, ਮੈਂ ਦੂਜੇ ਦਿਨ ਹੀ ਵੱਜਿਆ। ਰਾਜਨ ਮੈਨੂੰ ਪੇਰੋਂ ਬੰਨੀ ਤੋਰੀ ਫਿਰਿਆ, ਕਹਿੰਦਾ ਕਬੂਤਰੀ ਤਾਂ ਪੇਰੋਂ ਹੈ ਯਾਰ ਜਵਾਕਾਂ ਕੋਲ, ਉੱਥੋਂ ਤੈਨੂੰ ਦਬਾ ਦਿਆਂਗੇ, ਅਤੇ ਅਸੀਂ ਪੇਰੋਂ ਗਏ ਕਿੱਥੇ ਹੋਣੀ ਸੀ ਉੱਥੇ, ਕਹਿੰਦਾ ਇਹਨਾਂ ਕੋਲ ਤਾਂ ਹੈ ਹੀ ਨਹੀਂ ਯਾਰ। ਅਤੇ ਮੁੜ ਕੇ ਸਾਨੂੰ ਤਲਵੰਡੀ ਸਾਬੋ ਤੋਂ, ਦਮਦਮਾ ਸਾਹਿਬ ਤੋਂ ਪੱਪੂ ਪੰਡ ਤੱਕ ਉਹਨੇ ਦੱਸਿਆ, ਕਹਿੰਦਾ ਇਹਦੇ ਇੱਕ ਸੁਭਾਅ ਦੇ ਵਿੱਚ ਇੱਕ ਖੁੱਡਾ ਹੈ, ਉਹਦੇ ਵਿੱਚ ਹਰਾ ਪੋਟਾ ਰੰਗਿਆ ਸੀ ਜੀ ਉਹਦਾ, ਅਤੇ ਉਹ ਪੋਟੇ ਤੋਂ ਫੰਗ ਤਾਂ ਉਹਨੇ ਸਾਰੇ ਪੱਟ ਕੇ ਪੱਟ ਕੇ, ਅਤੇ ਉਹ ਅੰਦਰਲੇ ਖੁੱਡੇ 'ਚ ਛੱਡੀ ਬੈਠਾ, ਹੁਣ ਤਾਂ ਉਹਦਾ ਪੋਟਾ ਬੂਟਾ ਕੁਝ ਨਹੀਂ ਸਿਆਣਾ, ਉਹਨੇ ਤੁਹਾਨੂੰ ਹੁਣ ਤਾਂ ਸ਼ਕਲ ਲਿਆਉਣਾ ਆਊਗੀ ਕੱਲੀ। ਫਿਰ ਜਾ ਕੇ ਮੇਰਾ ਪਿਓ ਲੈ ਕੇ ਆਇਆ, ਪੱਪੂ ਨੂੰ ਨਾਲ ਲੈ ਗਿਆ। ਠੀਕ ਹੈ ਜੀ। ਦੁਬਾਰੇ ਵੀ ਲੈ ਗਿਆ ਸੀ, ਫਿਰ 2-3 ਵਾਰੀ ਮੰਗ ਕੇ ਲੈ ਗਿਆ। ਅੱਛਾ, ਦੁਬਾਰਾ ਰਾਜਨ ਫਿਰ ਬੱਚੇ ਕਢਾਉਣ ਨੂੰ ਲੈ ਗਿਆ ਸੀ, ਹੋਰ ਕਬੂਤਰੀ ਵੀ ਲੈ ਗਿਆ ਸੀ, ਉਹ ਹੋਰ ਵੀ ਲੈ ਗਿਆ ਸੀ ਕਈ ਕਬੂਤਰ, ਉਹਨੇ 7 ਮੰਗ ਕੇ ਕਹਿੰਦਾ ਮੈਂ ਤੁਹਾਡੀ ਮੋੜੀ ਹੈ। ਉਸ ਤੋਂ ਬਾਅਦ ਫਿਰ ਜਿਹੜਾ ਤੁਸੀਂ ਵੱਲੂ ਮੋੜ ਤੁਹਾਨੂੰ ਪੈਸੇ ਦਿੰਦਾ 7,000 ਰੁਪਇਆ, ਉਹ ਫਿਰ ਕਬੂਤਰੀ ਤੁਸੀਂ ਵੇਚਤੀ ਸੀ ਉਹਨੂੰ ਵੱਲੂ ਮੋੜ ਨੂੰ? ਹਾਂ, ਮੇਰੇ ਪਿਓ ਮਤਲਬ ਢਿੱਲਾ ਜਿਹਾ ਰਹਿੰਦਾ ਸੀ ਜੀ, ਇਹ ਜਵਾਕ ਤਾਂ ਸਕੂਲ ਵਗ ਗਏ, ਮੈਂ ਸਬਜ਼ੀ ਵੇਚਣ ਵਗ ਗਿਆ, ਨਾਲ ਆਇਆ ਉਹਦੇ ਚੈਂਚਲੀ ਬਹਿਣੀ ਵਾਲਾ, ਤੇ ਦੋਨੇ ਆ ਕੇ ਬੱਲੂ ਤੇ ਉਹ ਨਾ ਦੂਜੇ ਦਿਨ ਫੇਰ ਆ ਗਏ ਤੜਕੇ, ਉਹਦੇ ਦੁਪਹਿਰੇ ਤਾਂ ਅਸੀਂ ਮੋੜ ਤੇ,
ਵੀ ਅਸੀਂ ਨਹੀਂ ਵੇਚਦੇ ਕੁਛ ਵੀ ਜਾ ਭਾਜਾ ਅਤੇ ਮੁੜ ਕੇ ਉਹਨਾਂ ਨੇ ਕੀ ਕੀਤਾ ਅਸੀਂ ਮੈਂ ਸਬਜ਼ੀ ਲੈਣ ਵੱਗ ਗਿਆ ਇਹ ਸਕੂਲ ਵੱਗ ਗਏ ਮੇਰੇ ਪਿਓ ਨੂੰ ਕਹਿੰਦੇ ਬਾਪੂ ਤੂੰ ਇਲਾਜ ਕਰਾ ਲਾ ਕਿਉਂ ਐਵੇਂ ਮਰ ਜਾਏਗਾ ਕੀ ਫਾਇਦਾ ਆਹ ਚੱਕ 5000 ਰੁਪਇਆ ਅਤੇ ਅਸੀਂ ਆਖਿਆ ਨਹੀਂ ਦੇਣੀ ਫਿਰ ਉਹਨੂੰ ਮੱਲੋ ਮੱਲੀ 7000 ਰੁਪਇਆ ਫੜਾ ਕੇ ਕਹਿੰਦੇ ਕਬੂਤਰੀ ਅਸੀਂ ਲੈ ਕੇ ਜਾਵਾਂਗੇ ਉਸੇ ਕਬੂਤਰੀ ਜਿਹੜੀ ਚੱਕੀ ਉਹਦੀ ਪੱਠੀ ਆ ਜੀ ਸਕੀ ਪੱਠੀ ਆ ਉਹਦੀ ਆਹ ਵੇਖ ਲਓ ਜੀ ਖੱਟੀਆਂ ਅੱਖਾਂ ਦੀ ਸੀ ਇਹੀ ਕਾਲੇ ਬਾਗੇ ਨੇ ਦੱਸਿਆ ਸਾਨੂੰ ਥੋੜ੍ਹੇ ਜਿਹੇ ਜੌਂ ਸੀ ਜੀ ਖੱਟੀਆਂ ਅੱਖਾਂ ਦੀ ਕਬੂਤਰੀ ਸੀ ਅਤੇ ਆਹ ਭੂਰੀ ਚੁੰਝ ਸੀ ਉਹਦੀ ਆਹੀ ਕਬੂਤਰੀ ਦੀ ਮਾਂ ਜਿਹੜੀ ਰਾਜਨ ਬਹਿਣੀਵਾਲ ਨੇ ਚੱਕੀ ਹੈ ਜੀ ਪੱਲੇ ਦਿਖਾਏ ਲਓ ਜੀ ਇਹਦੇ ਪੂਰਾ ਤੁਹਾਨੂੰ ਪੱਲੇ ਵੀ ਦਿਖਾਉਂਦੇ ਹਾਂ ਜੀ ਪਤਲੇ ਬਰੀਕ ਖੰਭ ਹੈ ਪੱਲੇ ਦੇ ਵਿੱਚ ਦੋਨੇ ਨੌਂਦਰਾਂ ਜਿਹੜੀਆਂ ਚਿੱਟੀਆਂ ਜੀ ਬਿਲਕੁਲ ਉਸ ਕਬੂਤਰੀ ਦੀਆਂ ਵੀ ਚਿੱਟੀਆਂ ਸੀ ਨੌਂਦਰਾਂ ਚਿੱਟੀਆਂ ਨੌਂਦਰਾਂ ਸੀ ਜੀ ਕਬੂਤਰੀ ਦੀਆਂ ਉਸ ਦੀਆਂ ਵੀ ਅਤੇ ਛੋਟੀਆਂ ਨੌਂਦਰਾਂ ਜੀ ਕੋਈ ਵੱਡੀ ਢਾਂਗੀ ਵਾਲੀ ਨੌਂਦਰ ਨਹੀਂ ਛੋਟੀਆਂ ਨੌਂਦਰਾਂ ਨਿੱਕੇ ਪੰਜੇ ਲਓ ਜੀ ਇਸ ਉਹ ਹੈ ਜੀ ਬਾਂਦਰੀ ਜਿੱਤਿਆ ਇਹ ਬਾਂਦਰੀ ਜਿੱਤਿਆ ਸੀਗਾ ਕਬੂਤਰ ਇਹਨਾਂ ਦਾ ਅਤੇ ਬੈਠਲੇ ਦਾ ਪਿਓ ਹੈ ਜੀ ਬੈਠਲੇ ਦਾ ਪਿਓ ਹੈ ਜੀ ਅਤੇ ਜਿਹੜਾ ਚਨਾਰ ਸਰ ਜਿੱਤਿਆ ਸੀ ਉਹਦਾ ਬੱਚਾ ਹੈ ਚਨਾਰ ਸਰ ਜਿੱਤਿਆ ਸੀ ਉਹਦਾ ਬੱਚਾ ਹੈ ਠੀਕ ਹੈ ਜੀ ਲਓ ਜੀ ਇਹਦੇ ਵੀ ਵੇਖੋ ਆ ਚੰਗੀ ਤਰ੍ਹਾਂ ਸਿਰ ਦੇ ਵਿੱਚ ਥੋੜ੍ਹੇ ਥੋੜ੍ਹੇ ਜੌਂ ਹੈਗੇ ਜੀ ਕਬੂਤਰ ਦੇ ਅਤੇ ਇਹ ਵੀ ਕਬੂਤਰ ਪਤਲੇ ਖੰਭਾਂ ਦਾ ਲੰਬਾ ਲੰਬੇ ਖੰਭ ਹੈ ਜੀ ਇਹਦੇ ਵੀ ਆ ਦੇਖੋ ਪੂਰੇ ਜਾਂਦੇ ਥੋੜ੍ਹੇ ਜਿਹੇ ਨਵੇਂ ਖੰਭ ਆ ਰਹੇ ਆ ਜੀ ਉਹੀ ਚਿੱਟੀਆਂ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਨੌਂਦਰਾਂ ਜੀ ਕਬੂਤਰਾਂ ਦੀਆਂ ਬਹੁਤ ਖੂਬਸੂਰਤ ਜਿਹੜਾ ਕਬਰ ਉਹ ਜੀ ਕਲੋਜ਼ ਨੂੰ ਲਓ ਜੀ ਅੱਗੇ ਕਿੱਥੇ ਜਿੱਤੇ ਜੀ ਬਲਾਡਿਆਣੇ ਲਓ ਜੀ ਆ ਬਲਾਡਿਆਣੇ ਜਿੱਤਿਆ ਇਹਨਾਂ ਦਾ ਖੱਟੀਆਂ ਅੱਖਾਂ ਅਤੇ ਆਹ ਪੱਲਾ ਆ ਗਿਆ ਜੀ ਇਹਦਾ ਉਹੀ ਚਿੱਟੀਆਂ ਜਿਹੜੀਆਂ ਨੌਂਦਰਾਂ ਨੌਂਦਰਾਂ ਬਹੁਤ ਛੋਟੀਆਂ ਜੀ ਇਹਨਾਂ ਦੀਆਂ ਜ਼ਿਆਦਾ ਲੰਬੀਆਂ ਨਹੀਂ ਨੌਂਦਰਾਂ ਨੌਂਦਰਾਂ ਬਹੁਤ ਛੋਟੀਆਂ ਜੀ ਲਓ ਜੀ ਹੋਰ ਲਿਆਓ ਕਬੂਤਰ ਅੱਗੇ ਕਰੋ ਜੀ ਕਲੋਜ਼ ਨੂੰ ਚਿੱਟੇ ਜੋ ਪੰਜੇ ਥੋੜੇ ਜਿਹੇ ਮੈਲੇ ਹੋਏ ਪਏ ਆ ਚਿੱਟੇ ਪੰਜਿਆਂ ਦੀ ਕਰੋ ਜੀ ਇਹ ਬੱਚੇ ਕੱਢਦਾ ਹੁਣ ਬੱਚਿਆਂ ਵਾਸਤੇ ਰੱਖਿਆ ਹੋਇਆ ਲਓ ਜੀ ਰਮਾਣੇ ਵਾਲੀ ਦਾ ਜਿਹੜਾ ਪੱਠਾ ਇਹਨਾਂ ਨੇ ਇੱਕ ਰੋਕ ਲਿਆ ਸੀ ਜਿਹਦੇ ਥੱਲੇ ਲੌਂਸ ਵੀ ਆ ਜੀ ਜਿਵੇਂ ਜੰਟੇ ਵਾਲੇ ਕਹਿ ਦਿੰਦੇ ਲੌਂਸ ਕੱਢਦੇ ਆ ਉੱਪਰ ਵੀ ਇਹਦੇ ਆਹ ਦੇਖੋ ਇੱਥੇ ਖੰਭ ਜਿਹੜੇ ਆ ਰਹੇ ਆ ਪੂਛ ਦੇ ਵਿੱਚ ਵੀ ਇੱਕ ਦੋ ਕਾਲੇ ਖੰਭ ਹੈਗੇ ਆ ਜੀ ਆ ਚੰਗੀ ਤਰ੍ਹਾਂ ਦਿਖਾਓ ਖੱਟੀਆਂ ਅੱਖਾਂ ਕਾਲੀਆਂ ਜਿਹੜੀਆਂ ਇਹਦੀਆਂ ਨੌਂਦਰਾਂ ਜੀ ਕਾਲੀ ਚੁੰਝ ਹੈ ਇਹ ਜੰਟੇ ਵਾਲਿਆਂ 'ਚੋਂ ਜੀ ਪਿੱਛੇ ਰਮਾਣੇ ਵਾਲੀ ਕਬੂਤਰੀ ਅਤੇ ਬਾਜੀ ਵਾਲੇ ਕਬੂਤਰ ਦੀ ਪੱਠੀ ਰਮਾਣੇ ਵਾਲੀ ਕਬੂਤਰੀ ਅਤੇ ਬਾਜੀ ਵਾਲੇ ਕਬੂਤਰ ਦੀ ਲਓ ਚਨਾਰ ਸਰ ਜਿੱਤਿਆ ਸੀ ਉਹਨਾਂ ਦੀ ਪੱਠੀ ਹੈ ਜੀ ਕਿਤੇ ਪੁਰਾਣੇ ਅਸਲੇ 'ਤੇ ਨਿਕਲ ਗਈ ਹੈ ਜੋ ਕਿ ਪੁਰਾਣਾ ਜਿਵੇਂ ਕਿ ਪਿੱਛੇ 'ਤੇ ਜਾ ਵੜਦੀ ਹੈ ਇਹ ਵੀ ਬਾਂਦਰਾਂ ਵਾਲੇ ਕਬੂਤਰ ਦਾ ਅਤੇ ਰਮਾਣੇ ਵਾਲੀ ਦਾ ਪੱਠਾ ਜੀ ਅੱਛਾ ਜੀ ਲਓ ਜੀ ਇਹ ਵੀ ਕਬੂਤਰ ਪੂਰਾ ਗੇੜੇ ਵਾਲੇ ਦਿਨ ਘਰੇ ਹੀ ਨਹੀਂ ਬੈਠਾ ਏ ਕਿਹੜਾ ਮਹੀਨਾ ਸੀ ਉਹ ਲਓ ਜੀ ਜੇਠ ਦੇ ਮਹੀਨੇ ਕਬੂਤਰ ਘਰੇ ਨਹੀਂ ਬੈਠਾ ਜੀ ਗੇੜੇ ਵਾਲੇ ਦਿਨ ਫਿਰ ਬੰਦ ਹੀ ਕਰਤਾ ਸੀਗਾ ਜੀ ਛੱਡਿਆ ਹੀ ਨਹੀਂ
कबूतर की जड़ी नाल दी कबूतरी सी दो बाजियां जीती है ये डाया नहीं कबूतर ने बच्चा खाता रख एक दा फुल्लो अच्छा जी ते एक गुरु सर दो थां जीती है दो थां जीती है ते मुंडा सी मेरा लिया जाला पिंड दा जिमीदार दा जी ओनु देती सीगी जी एक बारी ता मैं आप सांभ के दित्ती पहली बाजी छड्या जदों बच्चा हुंदा ता उदों ओने किसे नूं होर फड़ा था उदों ओह 4:30-4 बजे तला च पानी पी के भागी मंदर ते दोबारे उड खड़ा दूजे कबूतर सारे बह गए घंटा मगरों छतरी से भाया फिर भी पानी पी के उड गया जी। जी आ जी रमाने वाली कबूतरी ओदा हैगा पोता ए छड्या बाजी नहीं एक जाई नहीं अच्छा एक जाई नहीं करे असली वास्ते रख हां एक ही आउंदा टाइम भी नहीं मिलना मतलब छोटे कोले टाइम भी घट सी जाएगी कबूतर मतलब बापू तो बाद शौक थोड़ा घट गया सी बाजी ना ਵੱਧ ਗਿਆ ਸੀ ਵੱਧ ਗਿਆ ਸੀ ਉਸ ਤੋਂ ਬਾਅਦ ਫਿਰ ਆਪ ਜਾਣ ਲੱਗ ਗਏ ਜੀ ਜਵਾਕ ਮਾਰੇ ਸੀ ਜੀ ਉਦੋਂ ਇਹਨੇ ਇਹ ਡਾ ਲੈਂਦੇ ਮੈਂ ਕੰਮ ਕਰਨ ਲੱਗ ਜਾਂਦਾ ਦੱਸਿਆ ਹੁੰਦਾ ਸੀ ਵੀ ਆਏ ਆਪਿਓ ਰਹਿਣਾ ਜਵਾਂ ਇਹ ਲਾ ਹੀ ਰੱਖਦੇ ਕੁਛ ਇਹ ਆਪਣੇ ਵੀਰ ਪਹੁੰਚੇ ਆ ਕੀ ਆਪਣੀ ਰਿਸ਼ਤੇਦਾਰੀ ਆ ਨਹੀਂ ਆ ਕੀ ਰਿਸ਼ਤੇਦਾਰੀ ਆਪਣੀ ਇਹਨਾਂ ਨਾਲ ਮੇਰੀ ਭੂਆ ਵਿਆਹੀ ਆ ਉੱਥੇ ਜੀ ਤੇ ਘਰਾਂ ਚੋਂ ਮੁੰਡੇ ਤੁਹਾਡੀ ਭੂਆ ਵਿਆਹੀ ਆ ਤੇ ਘਰਾਂ ਚੋਂ ਮੁੰਡੇ ਨਹੀਂ ਆਪਾਂ ਵੀ ਸ਼ੌਕ ਰੱਖਦੇ ਆ ਕਬੂਤਰਾਂ ਦਾ ਹਾਂਜੀ ਅੱਜ ਫਿਰ ਇਹਨਾਂ ਨੇ ਮੈਸੇਜ ਲਾਇਆ ਅੰਦਰ ਭੱਜ ਜੀ ਜੀ ਬਹੁਤ ਵਧੀਆ ਹੋਇਆ ਜੀ ਤੁਹਾਨੂੰ ਮਿਲ ਕੇ ਵਧੀਆ ਹੋਇਆ ਸਾਨੂੰ ਵੀ ਪਹੁੰਚੇ ਹੋ ਆ ਜਾ ਫਿਰ ਹੈ ਨੀ ਖਾਤੇ ਜੀ ਕਬੂਤਰ ਥੋੜ੍ਹੇ ਇੱਕ ਜਿਹੜਾ ਆਲਮ ਵਾਲੇ ਤੋਂ ਕਬੂਤਰ ਆਇਆ ਸੀਗਾ ਜੀ ਕਬੂਤਰੀ ਤਾਂ ਉਹਨਾਂ ਚੋਂ ਸੇਮ ਬੱਚਾ ਫਿਰ ਕੱਢਿਆ ਜੀ ਖੱਟੀਆਂ ਅੱਖਾਂ ਜਾਂਟੇ ਵਾਲੇ ਕਾਲਸਰੇ ਜਿਹੜੇ ਮਸ਼ਹੂਰ ਹੋਏ ਸੀ ਥੱਲੇ ਲੌਂਸ ਹੈ ਉਹੀ ਕਾਲੀ ਪੂਛ ਹੈ ਜੀ ਇਹਦੀ ਉਹੀ ਜਾਂਟੇ ਵਾਲਿਆਂ ਚੋਂ ਆ ਜਾਂਟੇ ਵਾਲਿਆਂ ਦਾ ਫਿਰ ਪਿੱਛੇ ਤੇ ਕੂਦਰੀ ਲੈ ਜੀ ਨੇ ਵੀ ਐਤਕੀ ਬਾਜੀਆਂ ਚ ਛੱਡਣੇ ਆ ਨਹੀਂ ਨਹੀਂ ਇੱਥੇ ਡਾਉਂਦੇ ਆ ਲਓ ਜੀ ਇੱਥੇ ਡਾਉਂਦੇ ਆ ਇਹ ਕਬੂਤਰ ਲਓ ਜੀ
ਲਗੜੀ ਵਾਲੇ ਆਏ ਅੱਜ ਬੋਲੇ ਲਗ ਟੁੱਟੇ ਕਬੂਤਰ ਬਾਜੀ ਚੱਕੜਾ ਗਰੁੱਪ ਵੱਲੋਂ ਬੜੀ ਖੁਸ਼ੀ ਹੋਈ ਅੱਜ ਬਾਬਾ ਜੀ ਤੇਲੂ ਰਾਮ ਦੇ ਘਰ ਆ ਕੇ। ਸੋ ਆਪਣੇ ਅੱਜ ਦੇ ਲਈ ਇੰਨਾ ਹੀ ਹੈ ਜੀ। ਤੁਹਾਨੂੰ ਸਾਰੇ ਜਿਹੜੇ ਅਸੀਂ ਕਬੂਤਰ ਦਿਖਾਏ ਆ ਮੂਵੀ ਦੇ ਵਿੱਚ, ਅਤੇ ਆਪਣਾ ਜਿਹੜਾ ਚੈਨਲ ਹੈ ਜੀ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ। ਸੋ ਸਾਰੇ ਜਿਹੜੇ ਵੀਰਾਂ ਦਾ ਜਿਹੜੇ ਮੇਰੇ ਵੀਰਾਂ ਨੇ ਚੈਨਲ ਦੇ ਨਾਲ ਜੁੜਿਆ, ਤਹਿ ਦਿਲ ਤੋਂ ਧੰਨਵਾਦ ਜੀ। ਅੱਜ ਦੇ ਲਈ ਇੰਨਾ ਹੀ, ਦੁਬਾਰਾ ਫਿਰ ਕਿਸੇ ਖਿਡਾਰੀ ਦੇ ਘਰ ਮਿਲਾਂਗੇ ਜੀ। ਸਤਿ ਸ਼੍ਰੀ ਅਕਾਲ।